ਸਟਿੱਕ ਲਗੀ ਸਾਰਿਆਂ ਨੂੰ ਸਵੇਰੇ ਸਵੇਰ ਉੱਠ ਕੇ ਮੈਂ ਲਾ ਲੇ ਨੇਲਸ ਕਿਉਂਕਿ ਅੱਜ ਹੀ ਜਾਣਾ ਹੈ ਵੈਡਿੰਗ ਤੇ ਫਿਰ ਮੈਂ ਨਹਾ ਤੋਂ ਲਿਆ ਅੱਜ ਮੈਂ ਆਪਣੇ ਵਾਲ ਵੀ ਧੋਤੇ ਸਨ ਕਿਉਂਕਿ ਹੇਅਰ ਸਟਾਈਲ ਬਣਾਉਣ ਵਾਸਤੇ ਵਾਲ ਤੇ ਧੋਣੇ ਪੈਂਦਾ ਹੀ ਨੇ ਫਿਰ ਮੰਮਾ ਨੇ ਮੇਰਾ ਮੇਕਅਪ ਕੀਤਾ ਤੇ ਫਿਰ ਮੈਂ ਬਣਾਈਆਂ ਥੋੜੀ ਜੀਆਂ ਰੀਲਸ ਕਿਉਂਕਿ ਅਗਰ ਇੰਨਾ ਰੈਡੀ ਸ਼ੈਡੀ ਹੋਇਆ ਹੈ ਉਵੇਂ ਨਹੀਂ ਠੰਡ ਦੇ ਵਿੱਚ ਰੀਲਸ ਤੋਂ ਬਣਤੀਆਂ ਨਾ ਫਿਰ ਮੈਂ ਤੇ ਫਤੇ ਥੋੜੀ ਬਹੁਤੀ ਹੋਰ ਰੀਲਸ ਬਣਾਈਆਂ ਫਿਰ ਫਾਈਨਲੀ ਅਸੀਂ ਤਿਆਰ ਹੋ ਕੇ ਨਿਕਲ ਪਏ ਕਰੋ ਤੇ ਅਸੀਂ ਇੰਨੀ ਲੇਟ ਚੱਲੇ ਸਾਂ ਫਿਰ ਉੱਥੇ ਪਹੁੰਚ ਕੇ ਸਾਨੂੰ ਥੋੜੇ ਆਪਣੇ ਫਰੈਂਡਸ ਮਿਲੇ ਉਹਨਾਂ ਨਾਲ ਫੋਟੋਆਂ ਖਚਾਈਆਂ ਤੇ ਅਸੀਂ ਆਪਣਾ ਪੇਟ ਪੂਜਾ ਸਟਾਰਟ ਕੀਤੀ ਗੋਲ ਗੱਪਿਆਂ ਦੇ ਨਾਲ ਗੋਲ ਗੱਪੇ ਖਾਦੇ ਤੇ ਉਸ ਤੋਂ ਬਾਅਦ ਅਸੀਂ ਬਹੁਤ ਸਾਰੀ ਡਿਸ਼ੇਸ ਟਰਾਈ ਕੀਤੀਆਂ ਅਸੀਂ ਹਰ ਇੱਕ ਚੀਜ਼ ਟਰਾਈ ਕੀਤੀ ਕਿਉਂਕਿ ਅਗਰ ਅਸੀਂ ਵਿਆਧੇ ਜਾਣੇ ਆ ਨਾ ਕੁਝ ਮਿਸ ਨਹੀਂ ਕਰਦੇ ਹੈਗੇ ਸਭ ਕੁਝ ਖਾਦਾ ਤੇ ਬਹੁਤ ਸੁਆਦ ਖਾਣਾ ਸੀ ਫਿਰ ਮੈਂ ਪਾਪਾ ਦੇ ਨਾਲ ਥੋੜੀ ਜਿਹੀ ਫੋਟੋਸ ਖਿਚਵਾਈਆਂ ਘਰ ਆਂਦੇ ਆਂਦੇ ਮੈਂ ਆਪਣੀ ਟ੍ਰਿਪ ਦਾ ਸਮਾਨ ਵੀ ਲੈ ਆਈ ਸਾਂ ਫਿਰ ਉਹ ਮੈਂ ਆਪਣਾ ਬੈਗ ਪੈਕ ਕੀਤਾ ਉਸ ਤੋਂ ਬਾਅਦ ਮੈਂ ਸੌ ਗਈ ਗੁੱਡ ਨਾਈਟ ਬਾਏ ਐਂਡ ਟੇਕ ਕੇਅਰ